ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਐਂਡ ਵਾਲੇ ਇਸ਼ੂ ਤੋਂ ਪਹਿਲਾਂ ਆਪਾਂ ਆਪਣੇ ਫੇਸਬੁੱਕ ਮੈਸੇਜ ਲਵਾਂਗੇ, ਕੀ ਕਹਿਣਾ ਚਾਹੋਗੇ ਤੁਸੀਂ? ਵੀ ਰਣਦੀਪ ਸਿੰਘ ਲਿਖਦੇ ਨੇ, ਡਾਕਟਰ ਔਲਖ ਸਾਹਿਬ ਜੀ ਵਿਲ ਆਲਵੇਜ਼ ਰਿਮੇਨ ਇਨ ਅਵਰ ਹਾਰਟਸ ਐਂਡ ਮੇ ਵਾਹਿਗੁਰੂ ਬਲੈਸ ਹਿਸ ਸੋਲ। ਹਿਊਜ ਲੌਸ ਟੂ ਸਿੱਖ ਕੌਮ ਵਿਲ ਓਨਲੀ ਬ੍ਰਿੰਗ ਐਵਰੀ ਵਨ ਕਲੋਜ਼ ਟੂਗੈਦਰ ਟੂ ਕੈਰੀ ਔਨ ਦਾ ਸਟਰਗਲ, ਰੀਕਿੰਡਲ ਦਾ ਸਪਿਰਿਟ ਆਫ ਖਾਲਸਾ ਐਂਡ ਵਾਕ ਔਨ ਦਾ ਪਾਥ ਆਫ ਫਰੀਡਮ, ਗੁਰੂ ਕਿਰਪਾ ਕਰਨ। ਬਿਲਕੁਲ ਠੀਕ ਫਰਮਾਇਆ ਰਣਦੀਪ ਸਿੰਘ ਜੀ ਤੁਸੀਂ ਜੀ, ਕਿ ਅਲਟੀਮੇਟਲੀ ਜਿਸ ਕਿਸਮ ਦੀ ਸਾਂਝ ਭਿਆਲੀ ਸਾਰਿਆਂ ਦੀ ਮੈਨੂੰ ਨਜ਼ਰ ਆਈ ਉਹਨਾਂ ਦੀ ਅੰਤਿਮ ਅਰਦਾਸ ਵੇਲੇ, ਸਤਿਗੁਰੂ ਰਹਿਮਤ ਕਰਨ, ਇਹ ਸਾਡੇ ਸਾਰੇ ਲਈ ਸਟਰੈਂਥ ਬਣੇ ਔਰ ਖਾਲਿਸਤਾਨ ਦੀ ਗੱਲ ਨੂੰ ਅਸੀਂ ਅੱਗੇ ਤੋਰੀਏ, ਅੱਗੇ ਪੇਸ਼ਕਦਮੀ ਹੋਏ। ਚਾਚੂ ਮੂਸਾ ਲਿਖਦੇ ਨੇ, ਪਾਕਿਸਤਾਨ ਫੁੱਲੀ ਸਪੋਰਟਿੰਗ ਖਾਲਿਸਤਾਨ, ਆਜ਼ਾਦੀ ਆਉਣ ਵਾਲੀ ਹੈ, ਅੱਲਾ ਬਲੈਸ ਯੂ ਇਨਸ਼ਾਅੱਲਾ। ਬਹੁਤ ਸ਼ੁਕਰੀਆ ਚਾਚੂ ਜੀ। ਕਸ਼ਮੀਰ ਵਿਰਕ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਰ ਜੀ ਕਾ ਖਾਲਸਾ, ਖਾਲਿਸਤਾਨ ਜ਼ਿੰਦਾਬਾਦ, 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 ਜ਼ਿੰਦਾਬਾਦ। ਸਿੰਘ ਸਾਹਿਬ ਦੀ ਆਈ ਡੀ ਤੋਂ ਹੈ, ਡਾਕਟਰ ਸਾਹਿਬ ਤੁਹਾਡੇ ਲਾਈਫ ਓਕੇ ਟੀਵੀ ਚੈਨਲ ਤੇ ਆ ਰਿਹਾ ਸੀਰੀਅਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਕੀ ਵਿਚਾਰ ਹੈ? ਹਾਂ ਸਿੰਘ ਸਾਹਿਬ, ਇਹ ਤੁਸੀਂ ਜੇ ਥੋੜਾ ਸਰਚ ਕਰੋਗੇ ਤੇ ਅਸੀਂ ਈਵਨ ਜਦੋਂ ਸ਼ੁਰੂ ਨਹੀਂ ਸੀ ਹੋਇਆ ਉਸ ਤੋਂ ਪਹਿਲਾਂ ਇਹਦੇ ਤੇ ਇੱਕ ਸੈਗਮੈਂਟ ਅਸੀਂ ਕੀਤਾ ਸੀ। ਵੀਰ ਸਿਮਰਨਜੀਤ ਸਿੰਘ ਲਿਖਦੇ ਨੇ, ਖਾਲਿਸਤਾਨ ਜ਼ਿੰਦਾਬਾਦ। ਡਾਕਟਰ ਜੀ, ਆਈ ਵਾਂਟ ਯੂ ਟੂ ਨੋ ਦੈਟ ਦਾ 13 ਓਰੀਜਨਲ ਕਾਲੋਨੀਜ਼ ਬਿਕੇਮ ਸੋ ਵੀਕ ਦੈਟ ਦੇ ਸਟਾਰਟਡ ਫਾਈਟਿੰਗ ਫਾਰ ਪਾਵਰ, ਦੇ ਵਰ ਡਿਵਾਈਡਡ, ਦੇਅਰ ਡਿਫਰੈਂਸਿਸ ਲੈਡ ਟੂ ਏ ਸਿਵਲ ਵਾਰ, ਸਿੱਖਸ ਆਰ ਨੋ ਡਿਫਰੈਂਟ, ਦੇ ਮਸਟ ਯੂਨਾਈਟ ਐਂਡ ਡਰੋਪ ਦੇਅਰ ਡਿਫਰੈਂਸਿਸ, ਆਫਟਰ ਆਲ ਗੁਰੂ ਗੋਬਿੰਦ ਸਿੰਘ ਜੀ ਓਨਲੀ ਗੇਵ ਸਿੱਖਸ ਵਨ ਰਹਿਤ ਮਰਿਆਦਾ ਐਂਡ ਨੋਟ ਮੈਨੀ। ਸਿਮਰਨਜੀਤ ਸਿੰਘ ਹੋਰਾਂ ਨੇ ਇਹ ਕਿਹਾ ਕਿ ਵੀ ਉਹ ਡਿਵਾਈਡ ਹੋਈ, ਦੇਖੋ ਇਹ ਅਸੀਂ ਦੋ ਚੀਜ਼ਾਂ ਨੂੰ ਕਨਫਿਊਜ਼ ਕਰ ਰਹੇ ਹਾਂ। ਹਾਲਾਂ ਉਹਨਾਂ ਦੀ ਸਪਿਰਿਟ ਆਫ ਦਾ ਆਰਗੂਮੈਂਟ ਬਿਲਕੁਲ ਠੀਕ ਹੈ, ਇਕੱਠੇ ਹੋਣ ਦੀ ਲੋੜ ਹੈ, ਲੇਕਿਨ ਜਿਹੜੀਆਂ 13 ਕਾਲੋਨੀਜ਼ ਨੇ ਰੈਵੋਲਿਊਸ਼ਨਰੀ ਵਾਰ ਲੜੀ ਅਗੇਂਸਟ ਦਾ ਬ੍ਰਿਟਿਸ਼ਰਸ, ਉਹ 1776 ਤੋਂ ਸ਼ੁਰੂ ਹੋ ਕੇ ਉਹਦੇ 'ਚ ਉਹਨਾਂ ਨੇ ਜਿੱਤ ਹਾਸਿਲ ਕੀਤੀ, ਉਹਦੇ 'ਚ ਉਹਨਾਂ ਨੇ 15 ਸਾਲ ਬਾਅਦ ਕਾਂਸਟੀਟਿਊਸ਼ਨ ਬਣਾਇਆ, ਲੇਕਿਨ ਫਿਰ 1860 ਸਿਵਲ ਵਾਰ ਹੋਈ ਅਮਰੀਕਾ, ਜੋ 13 ਕਾਲੋਨੀਜ਼ ਦੀ ਵਾਰ ਨਹੀਂ ਸੀ, ਉਹ ਸਲੇਵਰੀ ਦੇ ਇਸ਼ੂ ਦੇ ਉੱਤੇ ਸੀ, ਲੇਕਿਨ ਸਪਿਰਿਟ ਆਫ ਦਾ ਆਰਗੂਮੈਂਟ ਬਿਲਕੁਲ ਠੀਕ ਹੈ। ਭੈਣ ਜੀ ਮਨਮੰਥਨ ਕੌਰ ਲਿਖਦੇ ਨੇ, ਐਜ਼ ਆਲਵੇਜ਼ ਬ੍ਰਿਲੀਅੰਟ ਸੈਗਮੈਂਟ, ਰਿਸਪੈਕਟ। ਬਹੁਤ ਸ਼ੁਕਰੀਆ ਭੈਣ ਜੀ, ਸਤਿਗੁਰੂ ਤੁਹਾਨੂੰ ਵੀ ਚੜ੍ਹਦੀ ਕਲਾ ਦੇਣ, ਇਵੇਂ ਹੀ ਸਾਡਾ ਤੁਸੀਂ ਹੌਸਲਾ ਵਧਾਉਂਦੇ ਰਹੋ। ਵੀਰ ਰਘਬੀਰ ਸਿੰਘ, ਜਸਵਿੰਦਰ ਸਿੰਘ, ਹਰਦੇਵ ਕੌਰ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਰਿਸ਼ਪਾਲ ਸਿੰਘ ਮਾਨ, ਦਰਸ਼ਨ ਸਿੰਘ, ਜੇ ਐਸ ਪੰਡਾਲ, ਮਨਜੀਤ ਪਨੇਸਰ, ਸਤਨਾਮ ਢਿੱਲੋਂ, ਫਿਰ ਇੱਕ ਪਾਕਿਸਤਾਨੀ ਵੀਰ, ਵੀ ਲਵ ਯੂ ਸਰ ਫਰੋਮ ਪਾਕਿਸਤਾਨ। ਚਰਨਜੀਤ ਸਿੰਘ ਲਿਖਦੇ ਨੇ, ਫਸਟ ਪੌੜੀ ਆਫ ਜਪ ਜੀ ਇਜ਼ ਵੈਰੀ ਮੱਚ ਪੋਲੀਟੀਕਲ। ਜੀ ਬਿਲਕੁਲ ਠੀਕ ਹੈ, ਨਿਰਭਉ ਨਿਰਵੈਰ, ਨਿਰਵੈਰ ਕਿ ਵੀ ਕਿਸੇ ਨਾਲ ਦੁਸ਼ਮਣੀ ਨਹੀਂ ਰੱਖਣੀ, ਉਸ ਤੋਂ ਪਹਿਲਾਂ ਨਿਰਭਉ ਹੋਣ ਦੀ ਗੱਲ ਹੈ। ਸੋ ਇਹ ਮੀਰੀ ਪੀਰੀ ਨਿਰਭਉਤਾ ਦੇ ਨਾਲ ਜੁੜੀ ਹੋਈ ਹੈ, ਨਿਰਵੈਰਤਾ ਉਸ ਨੂੰ ਫੋਲੋ ਕਰਦੀ ਹੈ। ਸੁਰਨਜੀਤ ਸਿੰਘ ਖਾਲਸਾ, ਗੁਰਪ੍ਰੀਤ ਸਿੰਘ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਸਮਾਂ ਸੀਮਾ ਭਾਵੇਂ ਹੈ, ਪਰ ਮੈਂ ਇੱਕ ਕੁਇਕਲੀ ਮੇਰੀਆਂ ਨਜ਼ਰਾਂ 'ਚੋਂ ਇੱਕ ਸਟੇਟਮੈਂਟ, ਜਿਹੜਾ ਹਰਿਆਣੇ ਦਾ ਲੋਕਦਲ ਹੈ ਚੁਟਾਲੇ ਦਾ, ਅਭੇ ਚੁਟਾਲਾ ਦੀ ਸਟੇਟਮੈਂਟ ਆਈ ਹੈ ਕਿ ਪਾਰਟੀ ਵੁੱਡ ਸਟੇਜ ਏ ਸਿੰਬੋਲਿਕ ਪ੍ਰੋਟੈਸਟ ਬਾਈ ਸਟੋਪਿੰਗ ਵਹੀਕਲਸ ਐਟ ਆਲ ਮੇਜਰ ਐਂਟਰੀ ਪੁਆਇੰਟਸ ਥਰੂ ਵਿੱਚ ਪੀਪਲ ਫਰੋਮ ਪੰਜਾਬ ਐਂਟਰ ਹਰਿਆਣਾ ਔਨ ਜੁਲਾਈ 10th। ਉਹਨੇ ਕਿਹਾ ਜੀ 10 ਜੁਲਾਈ ਨੂੰ ਅਸੀਂ ਹਰਿਆਣੇ ਦੇ ਉਹਨਾਂ ਸਾਰਿਆਂ ਹੀ ਥਾਵਾਂ ਦੇ ਉੱਤੇ ਜਿੱਥੋਂ ਜਿੱਥੋਂ ਪੰਜਾਬ ਦੇ ਨਾਲ ਹਰਿਆਣੇ ਦਾ ਬਾਰਡਰ ਲੱਗਦਾ ਔਰ ਉਹ ਉੱਥੋਂ ਐਂਟਰ ਕਰ ਸਕਦੇ ਨੇ, ਅਸੀਂ ਉੱਥੇ ਜਿਹੜਾ ਇਹਨਾਂ ਨੂੰ ਰੋਕ ਦਿਆਂਗੇ, ਅਸੀਂ ਇਹ ਨਹੀਂ ਵੜਨ ਦਿਆਂਗੇ ਹਰਿਆਣੇ 'ਚ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਸੈਂਟਰ ਨੂੰ ਅਲਟੀਮੇਟਮ ਦੇ ਦਿੱਤਾ
ਕਿ ਤੁਸੀਂ SYL ਕੈਨਾਲ ਸਤਲੁਜ ਯਮੁਨਾ ਲਿੰਕ ਨਹਿਰ ਬਣਾਓ ਔਰ ਇਟ ਇਜ਼ ਟਾਈਮ ਫਾਰ ਪੰਜਾਬ ਗਵਰਨਮੈਂਟ ਟੂ ਗਿਵ ਅਸ ਅਵਰ ਡਿਊ ਇਨ ਦਾ ਰਿਵਰ ਵਾਟਰ ਔਰ ਇਹ ਸਾਡੇ ਲਈ ਜ਼ਿੰਦਗੀ ਮੌਤ ਦਾ ਸਵਾਲ ਹੈ ਔਰ ਜੇ ਇਹ ਸਾਡੇ ਨਾਲ ਨਾ ਹੋਇਆ ਤਾਂ ਫਿਰ ਅਸੀਂ 5 ਤੋਂ 6 ਮੇਜਰ ਪੁਆਇੰਟ ਜਿਹੜੇ ਪੰਜਾਬ ਦੇ ਹਰਿਆਣੇ ਨਾਲ ਲੱਗਦੇ ਨੇ ਡਬਵਾਲੀ ਧਨੌਰੀ ਟੋਹਾਣਾ ਸ਼ੰਭੂ ਬੈਰੀਅਰ ਲਾਲੜੂ ਔਰ ਇੱਥੋਂ ਹੀ ਪੰਜਾਬ ਦਾ ਹਰਿਆਣੇ ਨਾਲ ਸੰਬੰਧ ਜੁੜਦਾ ਔਰ ਅਸੀਂ ਇੱਥੇ ਜਿਹੜੀ ਹੈ ਹਰ ਗੱਡੀ ਨੂੰ ਜਿਹੜੀ ਪੰਜਾਬ ਤੋਂ ਆਉਣ ਵਾਲੀ ਹੈ ਉਹ ਰੋਕ ਦਿਆਂਗੇ ਸੋ ਮੈਂ ਤਾਂ ਇਸ ਦੇ ਉੱਤੇ ਇਹੀ ਕਹਿਣਾ ਚਾਹੁੰਦਾ ਕਿ ਮੋਸਟ ਵੈਲਕਮ ਤੁਸੀਂ ਇਹ ਸੜਕ ਬੰਦ ਕਰੋ ਸਾਡਾ ਦਿੱਲੀ ਦਾ ਰਸਤਾ ਅਸੀਂ ਲਾਹੌਰ ਦਾ ਰਸਤਾ ਖੋਲ੍ਹਾਂਗੇ ਸਾਡੀ ਸਾਂਝ ਵੀ ਲਾਹੌਰ ਨਾਲ ਹੈ ਸਾਡੀ ਤਹਿਜ਼ੀਬ ਵੀ ਉਹਨਾਂ ਦੇ ਨਾਲ ਲੜਦੀ ਹੈ ਤੁਹਾਡੇ ਦਿੱਲੀ ਵਾਲੇ ਤਾਂ ਅਸੀਂ ਪਹਿਲਾਂ ਹੀ ਤੁਹਾਨੂੰ ਜਮਨਾ ਬਾਹਰ ਤੱਕਣ ਨੂੰ ਹੈ ਅਤੇ ਜੇ ਤੁਸੀਂ ਆਪ ਹੀ ਸਾਨੂੰ ਜਿਹੜਾ ਹੈ ਉਹ ਕਹਿੰਦੇ ਹੋ ਕਿ ਜੇ ਨਹੀਂ ਇਹ ਦਿੱਲੀ ਤੁਹਾਡੇ ਲਈ ਬੰਦ ਕਰ ਦੇਣੀ ਹੈ ਤਾਂ ਫਿਰ ਅਸੀਂ ਲਾਹੌਰ ਨੂੰ ਵੈਲਕਮ ਕਰਦੇ ਹਾਂ ਜੀ ਡਾਕਟਰ ਸਾਹਿਬ ਬਿਲਕੁਲ ਹੁਣ ਸਰਦਰਸ਼ਨ ਦੱਸ ਦਿਓ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 182 ਨੂੰ ਚੁਣਿਆ ਜੀ ਇਹ ਵੀ ਨਗੇਟ ਆਫ ਵਿਜ਼ਡਮ ਹੁੰਦਾ ਹਰ ਕਵਿਤ ਭਾਈ ਸਾਹਿਬ ਦਾ ਗੁਰਮੁਖ ਸੁਖ ਫਲ ਚਾਖਤ ਉਲਟੀ ਪਈ ਜੋਨ ਕੈ ਅਜੋਨ ਪੈ ਕੁਲ ਅਕੁਲੀਨ ਹੈ ਜਨਤਨ ਤੇ ਸੰਤ ਉਹ ਬਿਨਾਸੀ ਅਬਿਨਾਸੀ ਪਏ ਅਦਮ ਅਸਾਧ ਪਏ ਸਾਧ ਪਰਵੀਨ ਹੈ ਲਾਲਚੀ ਲਾਲੂ ਜਨ ਤੇ ਪਾਵਨ ਕੈ ਪੂਜ ਕੀਨੇ ਅੰਜਨ ਜਗਤ ਮੈਂ ਨਿਰੰਜਨਈ ਦੀਨ ਹੈ ਕਾਟ ਮਾਇਆ ਫਾਸੀ ਗੁਰ ਗ੍ਰਹਿ ਮੈਂ ਉਦਾਸੀ ਕੀਨੇ ਅਨਭੈ ਬਿਆਸੀ ਪ੍ਰਿਯ ਪ੍ਰੇਮ ਰਸ ਪੀਨ ਹੈ ਜੀ ਰੱਬ ਦੀ ਯਾਦ ਨਾਲ ਜੁੜਿਆ ਹੋਇਆ ਮਨੁੱਖ ਜਿਹੜਾ ਕਿ ਗੁਰਮੁਖ ਹੋ ਜਾਂਦਾ ਹੈ ਕਿਉਂਕਿ ਉਸ ਦੇ ਮਨ ਦਾ ਮੂੰਹ ਰੱਬ ਵੱਲ ਹੁੰਦਾ ਗੁਰਮੁਖ ਦੇ ਵਿੱਚ ਕੀ ਤਬਦੀਲੀ ਹੁੰਦੀ ਹੈ ਗੁਰਮੁਖ ਸੁੱਖ ਫਲ ਚਾਖਤ ਜਿਹੜਾ ਜੁੜਿਆ ਹੋਇਆ ਰੱਬ ਦੇ ਨਾਲ ਉਹਦੇ ਅੰਦਰ ਆਨੰਦ ਹੈ ਉਹਨੇ ਸੁੱਖ ਦੇ ਫਲ ਨੂੰ ਚੱਖ ਲਿਆ ਉਸਦਾ ਮੂੰਹ ਵਾਹਿਗੁਰੂ ਦੀ ਯਾਦ ਦੇ ਨਾਲ ਨਾਮ ਦੇ ਨਾਲ ਔਰ ਉਸਦਾ ਅੰਦਰ ਉਸਦਾ ਆਨੰਦ ਹੈ ਉਲਟੀ ਬਈ ਉਸ ਦੀ ਫਿਰ ਜਿਹੜੀ ਜੀਵਨ ਜਾਂਚ ਹੈ ਉਹ ਦੁਨਿਆਵੀ ਲੋਕਾਂ ਨਾਲੋਂ ਉਲਟੀ ਹੋ ਜਾਂਦੀ ਹੈ ਉਹ ਦੁਨਿਆਵੀ ਲੋਕਾਂ ਵਾਂਗ ਮੋਹ ਮਾਇਆ ਔਰ ਉਸ ਕਿਸਮ ਦੇ ਜਿਹੜਾ ਖਲਜਗਣ ਹੈ ਉਹਦੇ 'ਚ ਉਹ ਨਹੀਂ ਫਸਿਆ ਹੁੰਦਾ ਉਸ ਤੋਂ ਉੱਪਰ ਹੁੰਦਾ ਔਰ ਕੀ ਹੁੰਦਾ ਜੋਨ ਕੈ ਅਜੋਨ ਭੈ ਕੁਲ ਅਕਲੀਨ ਹੈ ਕਿ ਉਹ ਇੱਕ ਤਾਂ ਜਨਮ ਮਰਨ ਦਾ ਜਿਹੜਾ ਚੱਕਰ ਹੈ ਉਸ 'ਚੋਂ ਮੁਕਤ ਹੋ ਜਾਂਦਾ ਉਹਨੂੰ ਕਿਸੇ ਦਾ ਆਉਣਾ ਕਿਸੇ ਦਾ ਜਾਣਾ ਸਭ ਇੱਕ ਹੁਕਮ ਦੀ ਖੇਡ ਸਮਝ ਆਉਂਦੀ ਹੈ ਔਰ ਜਿਵੇਂ ਅਸੀਂ ਕਹਿੰਦੇ ਹਾਂ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਪਿਆ ਮਰਿਆ ਕੀ ਹੈ ਇਹ ਤਾਂ ਇੱਕ ਦੁਨਿਆਵੀ ਤੋਰ ਹੈ ਕੋ ਆ ਗਿਆ ਕੋ ਚਲਾ ਗਿਆ ਉਹਦਾ ਉਹਨਾਂ ਨੂੰ ਸਮਝ ਆ ਜਾਂਦੀ ਹੈ ਦੂਸਰਾ ਕੁੱਲ ਅਕਲੀਨ ਜਿਹੜਾ ਉਹਦੇ 'ਚ ਪ੍ਰਾਈਡ ਸੀ ਕੁੱਲ ਦਾ ਕਿ ਮੈਂ ਫਲਾਂ ਮੈਂ ਅਮੀਰਾਂ ਦਾ ਪੁੱਤਰ ਮੈਂ ਸਰਦਾਰਾਂ ਦਾ ਪੁੱਤਰ ਮੈਂ ਜ਼ਮੀਨਾਂ ਦਾ ਮਾਲਕ ਮੈਂ ਉੱਚੀ ਜ਼ਾਤ ਦਾ ਮੈਂ ਲਾਰਡ ਮੈਂ ਫਲਾਣਾ ਉਹ ਸਾਰਾ ਹੀ ਜਿਹੜਾ ਉਹਦਾ ਪ੍ਰਾਈਡ ਹੈ ਉਹ ਜਾਂਦਾ ਲੱਗਦਾ ਉਹਨੂੰ ਸਮਝ ਆ ਜਾਂਦੀ ਹੈ ਕਿ ਭਾਈ ਅਲਟੀਮੇਟਲੀ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਕਿ ਅਸੀਂ ਸਾਰੇ ਉਸ ਰੱਬ ਦੇ ਬੰਦੇ ਅਤੇ ਰੱਬ ਦੇ ਬੰਦਿਆਂ ਨਾਲ ਬਰਾਬਰ ਦਾ ਪਿਆਰ ਕਰਨ ਦੀ ਉਹਨੂੰ ਜਾਚ ਆ ਜਾਂਦੀ ਹੈ ਜਨਤਨ ਅਤੇ ਸੰਤ ਉਹ ਬਿਨਾਸੀ ਅਬਿਨਾਸੀ ਪਏ ਕਿੱਥੇ ਤਾਂ ਉਹ ਜਨਤਾ ਵਾਂਗ ਸੀ ਦੁਨਿਆਵੀ ਲੋਕਾਂ ਵਾਂਗ ਬਿਹੇਵ ਕਰਦਾ ਸੀ ਪਰ ਜਿਉਂ ਹੀ ਉਹਦਾ ਰੱਬ ਵੱਲ ਮੂੰਹ ਹੋਇਆ ਉਹ ਗੁਰਮੁਖ ਹੋਇਆ ਉਹ ਸੰਤ ਬਣ ਗਿਆ ਸੰਤ ਸੱਤ ਦੇ ਰਸਤੇ 'ਤੇ ਤੁਰਨ ਵਾਲਾ ਹੁੰਦਾ ਔਰ ਉਸ ਦੇ ਵਿੱਚ ਈਰਖਾ ਨਹੀਂ ਹੁੰਦੀ ਹਸਦ ਨਹੀਂ ਹੁੰਦਾ ਨਫ਼ਰਤ ਨਹੀਂ ਹੁੰਦੀ ਜ਼ੁਲਮ ਨਹੀਂ ਉਹ ਕਰਦਾ ਉਹ ਸੰਤ ਹੁੰਦਾ ਸੱਚ ਦੇ ਰਸਤੇ 'ਤੇ ਆ ਜਾਂਦਾ ਬਿਨਾਸੀ ਅਬਿਨਾਸੀ ਪਏ ਔਰ ਉਹਨੂੰ ਜਿਹੜਾ ਕਿ ਇਸ ਬਿਨਾਸਵਾਨ ਸੰਸਾਰ ਦੇ ਵਿੱਚ ਜਿਹੜਾ ਡਿਸਟਰਕਟੀਬਲ ਹੈ ਉਹਨੇ ਆਪਣਾ ਮੋਹ ਲਾਇਆ ਹੋਇਆ ਸੀ
ਇਹਦੇ ਨਾਲ ਉਹ ਟੁੱਟ ਕੇ ਉਹ ਰੱਬ ਦੇ ਨਾਲ ਜੁੜ ਜਾਂਦਾ, ਜਿਹੜਾ ਅਵਿਨਾਸ਼ੀ ਹੈ, ਜਿਹੜਾ ਕਿ ਨਾਸ ਨਾ ਹੋਣ ਵਾਲਾ ਹੈ। ਅਧਮ ਅਸਾਧ ਵੈ ਸਾਧ ਪ੍ਰਵੀਨ ਹੈ। ਅਧਮ ਹੁੰਦਾ ਜਿਹੜਾ ਘਟੀਆ ਬੰਦਾ, ਬਿਲਕੁਲ ਨਾ ਪੱਖੀ ਬੰਦਾ ਜਿਹੜਾ, ਉਹ ਨੋਬਲ ਬਣ ਜਾਂਦਾ, ਵਰਦੀ ਪਰਸਨ ਬਣ ਜਾਂਦਾ। ਅਧਮ ਅਸਾਧ ਪੈ ਸਾਧ ਪ੍ਰਵੀਨ ਹੈ। ਹੁਣ ਜਿਹੜਾ ਇਹ ਅਧਮ ਬੰਦਾ ਸੀ, ਗੈਰ ਧਰਮੀ ਸੀ, ਧਰਮ ਰਹਿਤ, ਉਹ ਸਾਧੂ ਬਣ ਗਿਆ, ਪ੍ਰਵੀਨ ਹੈ, ਔਰ ਉਹ ਜਿਹੜਾ ਉਸ ਸਾਰੇ ਚੋਂ ਉੱਪਰ ਉੱਠ ਜਾਂਦਾ ਹੈ, ਜਿਹੜੇ ਕਿ ਅਧਮ ਅਧਰਮੀ ਕਿਸਮ ਦੇ ਲੋਕ ਜੋ ਗੱਲਾਂ ਕਰਦੇ ਨੇ। ਲਾਲਚੀ ਲੱਲੂ ਜਨ ਤੇ ਪਾਵਨ ਕੈ ਪੂਜ ਕੀਨੇ, ਅੰਜਨ ਜਗਤ ਮੈਂ ਨਿਰੰਜਨ ਆਈ ਦੀਨ ਹੈ। ਕਿ ਜਿਹੜੇ ਲਾਲਚ ਵਿੱਚ ਫਸੇ ਹੋਏ ਲੱਲੂ ਜਨ ਸੀ, ਲਾਲਚੀ ਕਿਸਮ ਦੇ ਲੋਕ, ਉਹ ਇਸ ਉੱਚੇ ਰੱਬ ਨਾਲ ਜੁੜ ਕੇ ਇੰਨੇ ਉੱਚੇ ਹੋ ਗਏ, ਪਾਵਨ ਹੁੰਦਾ ਪਵਿੱਤਰ ਹੋਣਾ, ਪੂਜ ਜਿਹੜੇ ਵਰਥ ਵਰਸ਼ਪਿੰਗ, ਕਿ ਜਿਹਨਾਂ ਦਾ ਨਾਂ ਲੈ ਕੇ ਲੋਕ ਕਹਿੰਦੇ ਨੇ ਭਾਈ ਉਹ ਤਾਂ ਰੱਬ ਵਰਗ ਹੈ, ਉਹਨੂੰ ਹੀ ਅਸੀਂ ਕਹਿੰਦੇ, ਹੋਰ ਕਿਹੜਾ ਕੋਈ ਆਰਤੀ ਲੈ ਕੇ ਕਿਸੇ ਨੇ ਉਤਾਰਨੀ ਹੁੰਦੀ ਹੈ, ਵੈਸੇ ਸਾਡੇ ਦੂਜੇ ਉਤਾਰਨ ਵੀ ਲੱਗ ਜਾਂਦੇ ਨੇ। ਲਾਲਚੀ ਲੱਲੂ ਜਨ ਤੇ ਪਾਵਨ ਕੈ ਪੂਜ ਕੀਨੇ, ਅੰਜਨ ਜਗਤ ਮੈਂ ਨਿਰੰਜਨ ਆਈ ਦੀਨ ਹੈ। ਹੁਣ ਕਿੱਥੇ ਦੁਨੀਆਂ ਦੇ ਵਿੱਚ ਅੰਜਨ ਮਾਹੇ ਨਿਰੰਜਨ ਰਹੀ ਹੈ। ਹੁਣ ਅੰਜਨ ਕੀ ਹੈ? ਮਾਇਆ ਦੀ ਗ੍ਰਿਫਤ। ਨਿਰੰਜਨ ਕੀ ਹੈ? ਉਸ ਤੋਂ ਦੂਰ ਰਹਿਣਾ। ਤੇ ਇੱਥੇ ਭਾਈ ਸਾਹਿਬ ਯਾਦ ਕਰਵਾਉਂਦੇ ਨੇ ਕਿ ਭਾਈ ਇਹ ਸਾਰੇ ਅੰਜਨ ਜਿਹੜਾ ਮਾਇਆ ਦਾ ਪਸਾਰ ਹੈ, ਉਹ ਉਹਦੇ ਚ ਨਿਰੰਜਨ ਵਾਂਗ ਜਿਹੜੇ ਨੇ, ਬਿਲਕੁਲ ਉਸ ਤੋਂ ਬਿਲਕੁਲ ਉਹਦਾ ਉਹਨਾਂ ਤੇ ਅਸਰ ਨਹੀਂ ਹੁੰਦਾ, ਅਨਇਫੈਕਟਿਡ ਬਾਈ ਦਾ ਵਰਲਡਲੀ ਅਟਰੈਕਸ਼ਨ, ਦੁਨਿਆਵੀ ਚੀਜ਼ਾਂ ਉਹਨਾਂ ਨੂੰ ਗ੍ਰਸਤੀਆਂ ਨਹੀਂ ਨੇ। ਔਰ ਅਖੀਰ ਚ ਭਾਈ ਸਾਹਿਬ ਨੇ ਫਰਮਾਇਆ, ਕਾਟ ਮਾਇਆ ਫਾਸੀ ਗੁਰ ਗ੍ਰਹਿ ਮੈਂ ਉਦਾਸੀ ਕੀਨੇ, ਅਨਭੈ ਬਨਾਸੀ ਪ੍ਰਿਯ ਪ੍ਰੇਮ ਰਸ ਪੀਨ ਹੈ। ਕਾਟ ਮਾਇਆ ਇਹੋ ਜਿਹੇ ਫਿਰ ਗੁਰਮੁਖ ਜਿਹੜੇ ਇਸ ਰਸਤੇ ਤੇ ਤੁਰ ਪੈਂਦੇ ਨੇ, ਉਹਨਾਂ ਦੀ ਮੋਹ ਮਾਇਆ ਦੀ ਫਾਂਸੀ ਉਹ ਰੱਬ ਕੱਟ ਦਿੰਦਾ ਹੈ, ਉਹਨਾਂ ਨੂੰ ਉਸ ਮੋਹ ਮਾਇਆ ਤੋਂ ਆਜ਼ਾਦ ਕਰ ਦਿੰਦਾ। ਗੁਰ ਗ੍ਰਹਿ ਮੈਂ ਉਦਾਸੀ ਕੀਨੇ, ਆਪਣੇ ਪਰਿਵਾਰ ਚ ਰਹਿੰਦੇ ਆਈ ਉਹ ਉਦਾਸ ਹੁੰਦੇ ਨੇ। ਇਹ ਨਹੀਂ ਹੈ ਕਿਸੇ ਨਾਲ ਬੋਲਦੇ ਨਹੀਂ, ਪਰ ਇਹ ਹੈ ਕਿ ਵੀ ਉਹ ਉਹਨਾਂ ਨੂੰ ਇਹ ਲੱਗ ਰਿਹਾ ਹੁੰਦਾ ਵੀ ਇਹ ਚੱਲ ਰਿਹਾ। ਔਰ ਇਹਦੇ ਬਾਰੇ ਅਸੀਂ ਪੜ੍ਹਦੇ ਹਾਂ ਕਿ ਭਾਈ ਲੋਗਨ ਸਿਉਂ ਮੇਰਾ ਠਾਠਾ ਬਾਗਾ, ਸੰਤ ਸੰਗ ਮੇਰੀ ਪ੍ਰੀਤ। ਤੁਹਾਡੀ ਪ੍ਰੀਤ ਉਸ ਸੰਤ ਉਸ ਭਲਾਈ ਨਾਲ ਹੁੰਦੀ ਹੈ। ਲੋਕਾਂ 'ਚ ਰਹਿਣ ਲਈ ਤੁਸੀਂ ਪਤੀ ਵੀ ਪਤਨੀ ਵੀ ਪੁੱਤਰ ਧੀ ਸਮਾਜ ਸ਼ਗਨ ਭਾਜੀ ਇੱਧਰ ਉੱਧਰ ਬਿਮਾਰ ਪੁਰਸ਼ੀ ਮਿਜ਼ਾਜ ਪੁਰਸ਼ੀ ਉਹ ਸਾਰਾ ਕਰਦੇ ਹੋ, ਆਪਣੇ ਫਰਜ਼ ਦਾ ਅਦਾ ਕਰਦੇ ਹੋ, ਪਰ ਤੁਹਾਨੂੰ ਉਸ ਤੋਂ ਤੁਸੀਂ ਪ੍ਰਭਾਵ ਤੋਂ ਮੁਕਤ ਹੁੰਦੇ ਹੋ। ਅਨਭੈ ਅਭਿਆਸੀ ਪ੍ਰਿਯ ਪ੍ਰੇਮ ਰਸ ਪੀਨ ਹੈ। ਕਿ ਉਹ ਜਿਹੜਾ ਫਿਰ ਮਨੁੱਖ ਹੈ ਉਹ ਅਨਭੈ ਫੀਅਰਲੈਸ ਹੋ ਜਾਂਦਾ, ਨਿਰਭਉ ਨਿਰਵੈਰ ਦੀ ਜਿਹੜੀ ਪਹਿਲੀ ਨਿਸ਼ਾਨੀ ਹੈ ਉਹ ਫੀਅਰਲੈਸ ਹੋ ਜਾਂਦਾ, ਉਸ ਅਭਿਆਸ ਦੇ ਵਿੱਚ ਰੱਬ ਦੀ ਯਾਦ ਦੇ ਪ੍ਰਿਯ ਪ੍ਰੇਮ ਰਸ ਪੀਨ ਹੈ। ਉਹ ਪਿਆਰੇ ਦੇ ਪਿਆਰ ਦੇ ਰੰਗ ਵਿੱਚ ਰੰਗਿਆ ਹੋਇਆ, ਉਸ ਦੇ ਵਿੱਚ ਡੁੱਬਿਆ ਹੋਇਆ, ਪੀਨ ਹੁੰਦਾ ਹੈ ਇਮਰਸ ਹੋਣਾ, ਉਸ ਦੇ ਵਿੱਚ ਉਹ ਡੁੱਬਿਆ ਹੁੰਦਾ ਔਰ ਉਸ ਆਨੰਦ ਦੇ ਵਿੱਚ ਹੁੰਦਾ। ਇਹ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਇਸ ਨਾਲ ਆਪਣੇ ਵਿਊਰਸ ਕੋਲ ਇਜਾਜ਼ਤ। ਵਿਊਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਬਰਸਾ ਲਾਗਿਆ ਦਿਓ, ਦੇਖਦੇ ਦਿਓ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।